ਸਿੰਘਾਂ ਦੇ ਬਾਰੇ ਸਾਰਿਆਂ ਨੂੰ ਲੱਗਦਾ ਕਿ ਬਹੁਤ ਹੀ ਰੂਡ ਹੋਊਗਾ ਜਾਂ ਫਿਰ ਯੂ نو ਉਹਨਾਂ ਦੀ ਦਬੰਗ ਕਾਈਂਡ ਆਫ ਇਮੇਜ ਆ ਮੈਨੂੰ ਵੀ ਤਾਂ ਇਨੀਸ਼ੀਅਲੀ ਇਦਾਂ ਹੀ ਲੱਗਿਆ ਸੀ ਸਟਾਰਟਿੰਗ ਚ ਬਟ ਜਦੋਂ ਮੈਂ ਸ਼ੂਟ ਪੇ ਸੈੱਟ ਤੇ ਜਿੰਨਾ ਵੀ ਵੇਖਿਆ ਹੀ ਜਸਟ ਅਪੋਜ਼ਿਟ ਸਿੰਘਾ ਕੱਟ ਬੋਲਦਾ ਪਰ ਜਿੰਨਾ ਵੀ ਬੋਲਦਾ ਵਧੀਆ ਬੋਲਦਾ ਮੈਨੂੰ ਕਿਸੇ ਮੈਨੇਜਰ ਦਾ ਕਾਲ ਆਇਆ ਮੈਸੇਜ ਆਇਆ ਕਿ ਇੱਕ ਪੰਜਾਬੀ ਫਿਲਮ ਆ ਕਾਸਟ ਆ ਦੇ ਆਰ ਲੁਕਿੰਗ ਫॉर ਐਕਟਰਸ ਤੋਂ ਗੱਲ ਜੇ ਤੁਸੀਂ ਇੰਟਰਸਟਿਡ ਹੋ ਤਾਂ ਗੱਲ ਕਰੀਏ ਅੱਗੇ ਮੈਨੇ ਕਿਹਾ ਕਿ ਹਾਂਜੀ ਮੈਂ ਤਾਂ ਪੰਜਾਬੀ ਫਿਲਮ ਕਰਨਾ ਚਾਹੁੰਦੀ ਆ ਪਲੀਜ਼ ਗੱਲ ਕਰੋ सीन पढ़ता तो मैं पूरा निम्मी का जो कैरेक्टर दसिया मैं सूट पा के पूरा बाल वाल बना के बन गए निम्मी तो कर दिया पूरा 100% दिया अपना बाकी उन्होंने जरूर कुछ वेख्या होना फिर अगली कुछ देर बाद ही मैं कॉल बैक आ गया सी कदे हाँ कदे ना फिल्म के नाल पंजाबी सिनेमा दे विच अपनी जगह बना जा रही है संजना सिंह सत श्री अकाल मैम सत श्री अकाल सारिआं नूं तुहानूं भी जी आयां नूं रोजाना स्पोक्समैन ते जी आयां नूं पंजाबी सिनेमा दे विच ओके बहुत बहुत मुबारक तुहानूं पंजाबी सिनेमा च तुसीं एंट्री करन जा रहे हो ओह वी सिंघां दे नाल जो ऑलरेडी एक बहुत वड्डा नाम है सो एक्साइटमेंट है नर्वसनैस है या डर लग रहा खिचड़ी आ सारा कुछ आ मैनूं एक्साइटमेंट भी आ नर्वसनैस भी आ ਤੇ ਓਬਵੀਅਸਲੀ ਲਾਈਕ ਮਿਕਸ ਫੀਲਿੰਗ ਆ ਮਤਲਬ ਬਟਰਫਲਾਈਜ਼ ਵੀ ਹੈ ਤੇ ਬਟਰਫਲਾਈਜ਼ ਵੀ ਆ ਸਭ ਦੇ ਗੂਜ਼ਬੰਪਸ ਵੀ ਆ ਗੂਜ਼ਬੰਪਸ ਵੀ ਆ ਸਾਰਾ ਸੋ ਜਿਵੇਂ ਸਿੰਘਾ ਜਿਵੇਂ ਸਿੰਘਾ ਦਾ ਇੱਕ ਪੈਟ ਡਾਇਲੌਗ ਹੈ ਸਿੰਘਾ ਬੋਲਦਾ ਵੀਰੇ ਸੋ ਉਸ ਤੋਂ ਬਾਅਦ ਜਦੋਂ ਅਸੀਂ ਸੈੱਟ ਦੀ ਗੱਲ ਕਰੀਏ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਬਹੁਤ ਘੱਟ ਬੋਲਦੇ ਨੇ ਤੁਹਾਡੇ ਨਾਲ ਜਦੋਂ ਤੁਸੀਂ ਸ਼ੂਟ ਕਰ ਰਹੇ ਸੀ ਜਾਂ ਇੰਟਰੈਕਸ਼ਨਸ ਹੋ ਰਹੀਆਂ ਸੀ ਜ਼ਿਆਦਾ ਬੋਲ ਰਹੇ ਸੀ ਘੱਟ ਬੋਲ ਰਹੇ ਸੀ ਉਹ ਇੰਟਰੈਕਸ਼ਨ ਕਿਦਾਂ ਦੀ ਰਹੀ ਸੀ ਸਿੰਘਾਂ ਦੇ ਬਾਰੇ ਸਾਰਿਆਂ ਨੂੰ ਲੱਗਦਾ ਕਿ ਬਹੁਤ ਹੀ ਰੂਡ ਹੋਊਗਾ ਜਾਂ ਫਿਰ ਯੂ نو ਉਹਨਾਂ ਦੀ ਦਬੰਗ ਕਾਈਂਡ ਆਫ ਇਮੇਜ ਆ ਮੈਨੂੰ ਵੀ ਤਾਂ ਇਨੀਸ਼ੀਅਲੀ ਇਦਾਂ ਹੀ ਲੱਗਿਆ ਸੀ ਸਟਾਰਟਿੰਗ ਚ ਬਟ ਜਦੋਂ ਮੈਂ ਸ਼ੂਟ ਪੇ ਸੈੱਟ ਤੇ ਜਿੰਨਾ ਵੀ ਵੇਖਿਆ ਹੀ ਜਸਟ ਅਪੋਜ਼ਿਟ ਸਿੰਘਾ ਕੱਟ ਬੋਲਦਾ ਪਰ ਜਿੰਨਾ ਵੀ ਬੋਲਦਾ ਵਧੀਆ ਬੋਲਦਾ ਸੋ ਠੀਕ ਆ ਲਾਈਕ ਹੀ ਇਜ਼ ਵੈਰੀ ਨਾਈਸ ਪਰਸਨ ਯਾ ਸੋ ਫਿਲਮ ਦੇ ਵਿੱਚ ਐਸਾ ਕਿਹੜੀ ਚੀਜ਼ ਸੀ ਜਾਂ ਕਿਹੜਾ ਡਾਇਲੌਗ ਸੀ ਜਿਹਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪਈ ਜ਼ਿਆਦਾ ਜਾਂ ਫਿਰ ਉਸ ਚੀਜ਼ ਨੂੰ ਜ਼ਿਆਦਾ ਪ੍ਰੈਕਟਿਸਾਈਜ਼ ਕਰਨਾ ਪਿਆ ਤੁਹਾਨੂੰ ਐਕਚੁਅਲੀ ਜਦੋਂ ਮੈਨੂੰ ਜਦੋਂ ਮੇਰਾ ਸਿਲੈਕਸ਼ਨ ਹੋਇਆ ਤੇ ਮੈਂ ਲਾਈਕ ਬੈਕ ਟੂ ਬੈਕ ਪ੍ਰੀਪਰੇਸ਼ਨ ਲਈ ਬਹੁਤ ਸਾਰੀ ਪੰਜਾਬੀ ਫਿਲਮਾਂ ਮੈਂ ਵੇਖੀ ਲਾਈਕ ਜਿੰਨੇ ਵੀ ਹਿੱਟ ਫਿਲਮ ਪੰਜਾਬੀ ਫਿਲਮ ਸੀ ਲਾਈਕ ਇੱਕ ਦਿਨ 'ਚ ਮੈਂ 3-4-5 ਫਿਲਮਾਂ ਵੇਖ ਰਹੀ ਸੀ ਪੰਜਾਬੀ ਤੋ ਉਹ ਹੀ ਮੇਰਾ ਪ੍ਰੀਪਰੇਸ਼ਨ ਇੱਕ ਵੀ ਸੀਗਾ ਯੂ نو ਪੰਜਾਬੀ ਸਿਨੇਮਾ ਦਾ ਰਿਦਮ ਸਮਝਣ ਦਾ ਤੇ ਆ ਉਹ ਪ੍ਰੀਪਰੇਸ਼ਨ ਸੋ ਲੈਂਗੁਏਜ ਉੱਤੇ ਕਿੰਨਾ ਕੰਮ ਕਰਨਾ ਪਿਆ ਪੰਜਾਬੀ ਮੇਰੇ ਐਕਚੁਅਲੀ ਪਹਿਲਾਂ ਤੋਂ ਹੀ ਬਹੁਤ ਸਾਰੇ ਪੰਜਾਬੀ ਫਰੈਂਡਸ ਨੇ ਥੈਂਕਫੁਲੀ ਤੇ ਹਾਂ ਪੰਜਾਬੀ ਮੇ ਲਾਈਕ ਥੋੜੀ ਉਨੀ ਇਨਫਲੂਐਂਸੀ ਨਹੀਂ ਸੀਗੀ ਬਟ ਠੀਕ ਆ ਵਧੀਆ ਸੀਗਾ ਫਿਲਮ ਕਰਦੇ ਕਰਦੇ ਹੋਰ ਵਧੀਆ ਹੋ ਗਿਆ ਸੋ ਇਹ ਫਿਲਮ ਤੁਹਾਨੂੰ ਜਿਵੇਂ ਕਿ ਪ੍ਰੇਰਣਾ ਜੀ ਨੇ ਵੀ ਦੱਸਿਆ ਜਾਂ ਹੋਰ ਵੀ ਸਾਡੇ ਡਾਇਰੈਕਟਰ ਸਾਹਿਬ ਨੇ ਦੱਸਿਆ ਕਿ ਤੁਹਾਨੂੰ ਆਡੀਸ਼ਨਸ ਦੇ ਬੇਸਿਸ ਤੇ ਮਿਲਿਆ ਸੋ ਆਡੀਸ਼ਨ ਦੀ ਜਿਹੜੀ ਸੀ ਕਹਾਣੀ ਉਹਨਾਂ ਦੇ ਮੂੰਹ ਤੋਂ ਆਲਰੇਡੀ ਸੁਣ ਚੁੱਕਿਆ ਵੀ ਤੁਸੀਂ ਫਟਾਫਟ ਤਿਆਰੀ ਕੀਤੀ ਸੋ ਸਾਨੂੰ ਉਸ ਦਿਨ ਦੀ ਗੱਲ ਦੱਸੋ ਵੀ ਉਦੋਂ ਕੀ ਹੋਇਆ ਸੀ ਕਿ ਜਿਸ ਆਡੀਸ਼ਨ ਦੇ ਅਸੀਂ ਇੰਨੇ ਕਿੱਸੇ ਸੁਣ ਰਹੇ ਆਡੀਸ਼ਨ ਐਕਚੁਅਲੀ ਕਿੱਦਾਂ ਬਣਾਇਆ ਕਦੋਂ ਕੀਤਾ ਸੋ ਐਕਚੁਅਲੀ ਮੈਂ ਇਦਾਂ ਹੀ ਬੰਬੇ ਘਰ ਬੈਠੀ ਸੀ ਮੈਨੂੰ ਕਿਸੇ ਮੈਨੇਜਰ ਦਾ ਕਾਲ ਆਇਆ ਮੈਸੇਜ ਆਇਆ ਕਿ ਇੱਕ ਪੰਜਾਬੀ ਫਿਲਮ ਆ ਕਾਸਟ ਆ ਦੇ ਆਰ ਲੁਕਿੰਗ ਫॉर ਐਕਟਰਸ ਤੋਂ ਗੱਲ ਜੇ ਤੁਸੀਂ ਇੰਟਰਸਟਿਡ ਹੋ ਤਾਂ ਗੱਲ ਕਰੀਏ ਅੱਗੇ ਮੈਨੇ ਕਿਹਾ ਕਿ ਹਾਂਜੀ ਮੈਂ ਤਾਂ ਪੰਜਾਬੀ ਫਿਲਮ ਕਰਨਾ ਚਾਹੁੰਦੀ ਹਾਂ ਪਲੀਜ਼ ਗੱਲ ਕਰੋ ਅਤੇ ਫਿਰ ਉਹ ਮੈਨੂੰ ਪੂਰਾ ਡਿਟੇਲਸ ਆਇਆ ਸਕ੍ਰਿਪਟ ਆਈ ਫਿਰ ਸੁਨੀਲ ਜੀ ਜੋ ਡਾਇਰੈਕਟਰ ਹੈ ਸਾਡੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਮੇਰੀ ਗੱਲ ਹੋਈ ਉਹ ਮੈਨੂੰ ਪੂਰਾ ਸਮਝਾਇਆ ਕਿ ਪੂਰਾ ਸੀਨ ਵੀ ਅਤੇ ਮੈਨੇ ਕਿਹਾ ਚਲੋ ਕਰਦੇ ਹਾਂ ਮੈਂ ਨਾ ਉਸ ਟਾਈਮ ਇੰਨਾ ਪ੍ਰੈਸ਼ਰ ਨਹੀਂ ਲਿਆ ਕਿ ਉਹ ਮੇਰਾ ਹੋਊਗਾ ਨਹੀਂ ਹੋਊਗਾ ਕੀ ਬਣੂਗਾ ਸੋ ਮੈਂ ਬਸ ਸੀਨ ਪੜ੍ਹਤਾ ਤੇ ਮੈਂ ਪੂਰਾ ਨਿੰਮੀ ਦਾ ਜੋ ਕੈਰੇਕਟਰ ਦੱਸਿਆ ਮੈਂ ਸੂਟ ਪਾ ਕੇ ਪੂਰਾ ਬਾਲ ਵਾਲ ਬਣਾ ਕੇ ਬਣ ਗਈ ਨਿੰਮੀ ਤੇ ਕਰ ਦਿਆ ਪੂਰਾ 100% ਦਿਆ ਆਪਣਾ ਬਾਕੀ ਉਹਨਾਂ ਨੂੰ ਜ਼ਰੂਰ ਕੁਛ ਵੇਖਿਆ ਹੋਣਾ ਫਿਰ ਅਗਲੀ ਕੁਛ ਦੇਰ ਬਾਅਦ ਹੀ ਮੈਨੂੰ ਕਾਲ ਬੈਕ ਆ ਗਿਆ ਸੀ ਐਂਡ ਅਗਲੇ ਦਿਨ ਮੈਂ ਸਾਈਨ ਵੀ ਕਰ ਲਿਆ ਸੀ ਸੋ ਜਿਵੇਂ ਤੁਸੀਂ ਪੰਜਾਬ ਤੋਂ ਨਹੀਂ ਹੋ ਸੋ ਬੀਐਨ ਸ਼ਰਮਾ ਜੀ ਜਿਹੜੇ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਕਦੇ ਦੇਖਿਆ ਸੀ ਉਹਨਾਂ ਦਾ ਕੰਮ ਦੇਖਿਆ ਸੀ ਜਾਂ ਤੁਸੀਂ ਉਹਨਾਂ ਨੂੰ ਇੱਥੇ ਆ ਕੇ ਹੀ ਮਿਲੇ ਨਹੀਂ ਮੈਂ ਪਹਿਲਾਂ ਵੇਖਿਆ ਸੀ ਓਬਵੀਅਸਲੀ ਇਜ਼ ਵੀ ਸੀਨੀਅਰ ਆਰਟਿਸਟ ਤਾਂ ਮੈਂ ਪਹਿਲੇ ਪੰਜਾਬੀ ਫਿਲਮਾਂ ਤਾਂ ਮੈਂ ਵੇਖਦੀ ਰਹਿੰਦੀ ਸੀ ਮਤਲਬ ਮੇਰਾ ਤਾਂ ਮੋਹਾਲੀ ਘਰ ਵੀ ਆ ਸੋ ਮੈਂ ਦੇਖਦੀ ਸੀ ਤਾਂ ਤੁਸੀਂ ਇੰਨੇ ਸੀਨੀਅਰ ਐਕਟਰਸ ਜਾਂ ਰਿਸਪੋਂਸੀਬਿਲਟੀ ਜਦੋਂ ਦਾ ਵੱਧ ਜਾਂਦੇ ਜਦੋਂ ਤੁਸੀਂ ਇੰਨੇ ਸੀਨੀਅਰ ਜਦੋਂ ਮੇਰਾ ਸੀਨ ਹੋਣ ਲੱਗਾ ਸੀ ਬੀਐਨ ਸ਼ਰਮਾ ਸਰ ਨਾਲ ਪਹਿਲਾ ਸੀਨ ਨਾਲ ਬਹੁਤ ਥੋੜ੍ਹਾ ਜਿਹਾ ਲੰਬਾ ਸੀਨ ਸੀਗਾ ਡਾਇਲੋਗਸ ਮੇਰੇ ਸਾਰੇ ਡਾਇਲੋਗਸ ਮੇਰੇ ਹੀ ਸੀ ਲਾਈਕ ਇਮੋਸ਼ਨਲ ਸੀਨ ਸੀਗਾ ਪੂਰਾ ਸੋ ਮੈਂ ਥੋੜ੍ਹੀ ਨਰਵਸ ਸੀ ਕਿ ਮੈਂ ਜੇ ਮੈਸਡ ਅਪ ਕੀਤਾ ਕੁਛ ਵੀ ਮੈਨੂੰ ਡੇ ਨਾ ਗਾਲ ਹੋਗਾ ਸੋ ਲਾਈਕ ਇੰਨੇ ਸੀਨੀਅਰ ਆਰਟਿਸਟ ਨੇ ਮੈਂ ਉਹਨਾਂ ਦਾ ਟਾਈਮ ਨਹੀਂ ਵੇਸਟ ਕਰ ਸਕਦੀ ਲਾਈਕ ਮੈਂ ਇੰਨਾ ਓਵਰ ਪ੍ਰੀਪੇਅਰ ਕੀਤਾ ਕਿ ਮੈਂ ਮਤਲਬ ਯੂ نو ਇੱਕ ਟੇਕ ਮੈਂ ਪੂਰਾ ਡਾਇਲੋਗ ਕਰ ਦਿਆ ਕਰਤਾ ਤੋ ਦੇ ਵਰ ਲਾਈਕ ਯੂ ਆਰ ਗੁੱਡ ਫॉर द फर्स्ट फिल्म यू आर गुड थैंक यू सो मच मैम एक बार फिर तो ऑल द बेस्ट ऑन तुहाडी फिल्म थैंक यू सो मच 3 दिसंबर नु प्लीज अपनी फैमिली नाल सिनेमा घर जाके आ फिल्म जरूर देखो फैमिली फिल्म तुहानू पसंद आऊगी कदे हाँ कदे ना